ईटीटी टेट पास अध्यापक यूनियन वालों अज इत्थे मोती महल का घिराओ करन मौके पुलिस वालों अध्यापकों उत्ते जबरदस्त लाठीचार्ज किया गया। अध्यापक मोती महल का घिराओ करन लई वाईपीएस चौंक तो अगे वधन दा यतन कर रहे सन तां पुलिस वालों जानवरां वांग धू धू के पिछे सुट्टिया जा रहा सी। इस दौरान कई अध्यापकों के दौरे अते दंदलां पै गईआं अते कईआं दे अंदरूनी सट्टां भी लगीआं जिन्हां नूं पटियाला दे रजिंदर हस्पताल विखे दाखिल करवाया गया। अध्यापकों वालों अपने रोस प्रदर्शन दौरान पुलिस नूं अज सीधा ही कह दिता गया कि उन्हां दे गोली मार दिती जावे क्योंकि वह लगातार रोजगार की मांग नूं लेके धरने प्रदर्शन कर रहे हैं पर सिक्ख्या मंत्री अते सिक्ख्या सकत्तर नाल मीटिंग तो बाद भी उन्हां नूं लोलीपॉप दिते जा रहे ने। अध्यापकों की मांग है कि जो ईटीटी टेट पास अध्यापकों दीआं 2364 पोस्टां हन उन्हां ते सिर्फ ईटीटी अध्यापकों का ही हक है जबकि सरकार वालों धक्के नाल बीएड अते होरनां कैटेगरीआं नूं शामिल किया जा रहा है। अज पुलिस वालों लड़कियां नाल भी पूरी तरह खिच धू की गई है अते उन्हां दीआं चुन्नियां शरेआम रोलियां गईआं। अज पटियाला विखे ईटी टेट पास बेरोजगार अध्यापक ਵੱਲੋਂ ਮੁਕਤੀ ਮਹਿਲ ਦਾ ਜ਼ਬਰਦਸਤ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨਾਲ ਧਰਨਾਕਾਰੀਆਂ ਦੀ ਸਿੱਧੀ ਝੜਪ ਹੋ ਗਈ। ਪੁਲਿਸ ਵੱਲੋਂ ਮੁਕਤੀ ਮਹਿਲ ਦੇ ਘਿਰਾਓ ਕਰਨ ਮੌਕੇ ਈਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਬੁਰੀ ਤਰ੍ਹਾਂ ਲਾਠੀਆਂ ਬਰਸਾਈਆਂ ਗਈਆਂ। ਇੱਥੋਂ ਤੱਕ ਕਿ ਉਹਨਾਂ ਨੂੰ ਘਰੀਸ ਘਰੀਸ ਕੇ ਬੱਸਾਂ ਵਿੱਚ ਸੁੱਟ ਦਿੱਤਾ ਗਿਆ। ਈਟੀ ਅਧਿਆਪਕ ਅੱਜ ਇੰਨੇ ਗੁੱਸੇ ਵਿੱਚ ਭਰੇ ਹੋਏ ਸਨ ਕਿ ਉਹਨਾਂ ਵੱਲੋਂ ਪੁਲਿਸ ਨਾਲ ਖਿੱਚਤੂ ਕਰਦਿਆਂ ਅੱਗੇ ਵਧਣ ਦਾ ਯਤਨ ਕੀਤਾ ਗਿਆ ਪਰ ਪੁਲਿਸ ਦੀ ਭਾਰੀ ਗਿਣਤੀ ਹੋਣ ਦੇ ਨਾਲ ਹੀ ਉਹਨਾਂ ਨੂੰ ਮੋਤੀ ਮਹਿਲ ਤੋਂ ਦੂਰ ਤੱਕ ਭੇਜ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸਾਂ ਵਿੱਚ ਭਰ ਭਰ ਕੇ ਬੱਸਾਂ ਵਿੱਚ ਖਿੱਚ ਖਿੱਚ ਕੇ ਉਹਨਾਂ ਬੇਰੁਜ਼ਗਾਰ ਈਟੀ ਅਧਿਆਪਕਾਂ ਨੂੰ ਭਰਿਆ ਜਾ ਰਿਹਾ। ਇਹ ਇੱਥੇ ਪਹਿਲੀ ਵਾਰ ਨਹੀਂ ਹੋਇਆ। ਲਗਾਤਾਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਸੱਤਾ ਸੰਭਾਲ ਧਰਨੇ ਪ੍ਰਦਰਸ਼ਨ ਜਾਰੀ ਨੇਗੇ। ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਧਿਆਪਕਾਂ ਵੱਲੋਂ ਇੱਥੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਅੱਜ ਅਧਿਆਪਕਾਂ 'ਤੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਗਿਆ। ਅਧਿਆਪਕ ਬੱਸਾਂ ਦੇ ਵੇਖਾਂ ਲੁਕ ਗਏ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਬੁਰੀ ਤਰ੍ਹਾਂ ਕਿੜਿਸ ਕਿੜਿਸ ਕੇ ਬਾਹਰ ਕੱਢਿਆ ਗਿਆ। ਹਾਲਾਤ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਅੱਜ ਇੱਥੇ ਬੁਰੀ ਤਰ੍ਹਾਂ ਹੜਦੰਗ ਮੱਚਿਆ ਅਤੇ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ ਅਤੇ ਅੱਧਾ ਕਿਲੋਮੀਟਰ ਤੋਂ ਦੂਰ ਤੱਕ ਅਧਿਆਪਕਾਂ ਨੂੰ ਭਜਾ ਭਜਾ ਮੋਤੀ ਮਹਿਲ ਖਾਲੀ ਕਰਵਾਉਣ ਦੀ ਜੋ ਵਾਈਪੀਐਸ ਚੌਂਕ ਆ ਉੱਥੇ ਧਰਨਾ ਲਗਾਇਆ ਗਿਆ ਸੀ ਖਾਲੀ ਕਰਵਾ ਦਿੱਤਾ ਗਿਆ। ਪਟਿਆਲਾ ਤੋਂ ਸੁਖਵੀਰ ਸਿੰਘ ਸੂਰ ਦੀ ਰਿਪੋਰਟ। ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੋਤੀ ਮਹਿਲ ਦਾ ਜਿਹੜਾ ਘਿਰਾਓ ਹੈ ਉਹ ਕੀਤਾ ਗਿਆ ਸੀ। ਇਹ ਘਿਰਾਓ ਦੇ ਦੌਰਾਨ ਜਿਹੜਾ ਲਾਠੀਚਾਰਜ ਆ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਅੰਨੇਵਾਹ ਜਿਹੜਾ ਤਸ਼ੱਦਦ ਉਹ ਕੀਤਾ ਗਿਆ ਜਿਹਦੇ ਵਿੱਚ ਚੁੰਨੀਆਂ ਤੱਕ ਪੈਣਾਂ ਦੀਆਂ ਜਿਹੜੀਆਂ ਉਹ ਖਿੱਚੀਆਂ ਗਈਆਂ ਔਰ ਸਾਡਾ ਸਾਥੀ ਜੱਗਾ ਬੋਹਾ ਜਿਹਦਾ ਸਿਰ ਤੱਕ ਪੜਿਆ ਗਿਆ ਉਹਦੇ ਸਿਰ ਦੇ ਵਿੱਚ ਜਿਹੜਾ ਬਲੱਡ ਹੈ ਉਹ ਨਿਕਲ ਰਿਹਾ ਔਰ ਜਿਹੜਾ ਲਗਾਤਾਰ ਜਿਹੜਾ ਸਾਥੀ ਸਾਥੀਆਂ ਨਾਲ ਧੁਆਖੜੀ ਜਿਹੜੀ ਕੀਤੀ ਜਾ ਰਹੀ ਹੈ ਪੈਣਾਂ ਨਾਲ ਧੁਆਖੜੀ ਕੀਤੀ ਜਾ ਰਹੀ ਹੈ ਤਸ਼ੱਦਦ ਕੀਤਾ ਜਾ ਰਿਹਾ ਇਹ ਉੱਨੀ ਦੇਰ ਤੱਕ ਲੜਾਈ ਜਾਰੀ ਰਹੂਗੀ ਜਿੰਨੀ ਦੇਰ ਤੱਕ 2364 ਪੋਸਟਾਂ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਔਰ ਪ੍ਰੈਫਰੈਂਸ ਦੇ ਆਧਾਰ 'ਤੇ  10,000 ਪੋਸਟ ਹੈ ਜਿਹੜੀ ਉਹ ਨਹੀਂ ਦਿੱਤੀਆਂ ਜਾਂਦੀ 10 ਤੋਂ 12,000 ਉੱਨੀ ਦੇਰ ਤੱਕ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੂਗਾ। ਇਹ ਪੰਜਾਬ ਸਰਕਾਰ ਕੰਨ ਖੋਲ੍ਹ ਕੇ ਸਾਡੀ ਗੱਲ ਹੈ ਜਿਹੜੀ ਸੁਣ ਲਵੇ ਸਾਡੀਆਂ ਮੰਗਾਂ ਨੂੰ ਜਿਹੜਾ ਸੁਣ ਜੀ ਸਾਡੇ ਨਾਲ ਬਹੁਤ ਧੱਕਾ ਕੀਤਾ ਗਿਆ ਜੀ ਪੁਲਿਸ ਵੱਲੋਂ ਅਤੇ ਸਾਡੇ 'ਤੇ ਲਾਠੀਚਾਰਜ ਕੀਤਾ ਗਿਆ। ਸਾਡੇ ਬਹੁਤ ਸਾਥੀ ਜ਼ਖਮੀ ਹੋ ਚੁੱਕੇ ਨੇਗੇ ਕਿਉਂਕਿ ਪੁਲਿਸ ਨੇ ਧੱਕੇ ਨਾਲ ਬੱਸਾਂ ਵਿੱਚ ਲਿਜਾਏ ਜਾ ਰਹੇ ਸਾਨੂੰ ਜੇਲ੍ਹਾਂ ਦੇ ਵਿੱਚ। ਸਾਡੀ ਮੰਗ ਇਹੀ ਆ ਸਾਨੂੰ 364 ਪੋਸਟਾਂ ਦਿੱਤੀਆਂ ਸੀ ਉਹਦੇ ਵਿੱਚ ਸਿੱਖਿਆ ਪ੍ਰੋਵਾਈਡਰ ਬੀ ਐਡ ਵਾਲੇ ਐਡ ਕੀਤੇ ਜਾ ਰਹੇ ਨੇ ਅਤੇ ਵਾਧੂ ਦੇ ਉਹਨਾਂ ਨੂੰ 15 ਨੰਬਰ ਦਿੱਤੇ ਜਾ ਰਹੇ ਨੇ। ਸਾਡੀ ਮੰਗ ਇਹੀ ਆ ਈਟੀ ਦੀ ਪੋਸਟ ਈਟੀ ਨੂੰ ਪ੍ਰੈਫਰੈਂਸ ਦਿੱਤੀ ਜਾਵੇ। ਪਟਿਆਲਾ ਤੋਂ ਖੁਸ਼ਵੀਰ ਤੂਰ ਬਿਊਰੋ ਰਿਪੋਰਟ ਸੱਚ ਕਹੂੰ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।